ਜਿੰਦਰਾ ਮਾਰ ਤੇ ਕਿਤੇ ਜਾਉਂ ਮੈਂ ਮੈਂ ਸੁਗਰੀ ਦੀ ਸ਼ਾਦੀ ਤੇ ਜਾਉਂ ਹੋਰ ਕਿਤੇ ਜਾਉਂ ਤੈਨੂੰ ਕੋਈ ਨਹੀਂ ਪਤਾ ਵੀ ਹੁੰਦੇ ਅੱਜ ਸ਼ਾਦੀ ਏ ਓਏ ਉਹਦੇ ਵੜੀ ਵੀ ਨਾ ਪਈ ਅੱਗੇ ਮੈਨੂੰ ਜੱਟੀ ਚੈੱਕ ਛੱਡਿਆ ਉਸ ਅੱਗੇ ਸਾਡੀ ਛੋਰ ਨੂੰ ਪੱਟਣ ਵਾਲੀ ਵੀ ਤੇਰੀ ਸਵਾਣੀ ਏ ਕੀ ਉਹ ਜੇ ਗੱਲਾਂ ਕਰਦਾ ਪਿਆ ਮੈਂ ਉਹਨੂੰ ਕੀ ਪਟਣਾ ਜਿਹੜੀ ਅਸਲਾ ਤੂੰ ਪੱਟੀ ਹੋਈ ਹੋਵੇ ਨਾ ਮੇਰੇ ਰੰਗੀ ਸ਼ਰੀਫ ਔਰਤ ਨਹੀਂ ਪੱਟ ਸਕਦੀ ਬਹਰਾਲ ਜੋ ਵੀ ਹੈ ਮੁਕਾਲਾ ਆਪਣਾ ਬਣਿਆ ਪਿਆ ਉਹ ਤੇਰੀਆਂ ਸੰਤਾਂ ਚੰਗੀਆਂ ਹੁੰਦੀਆਂ ਨਾ ਤੇ ਇਤਨੇ ਬੰਦਿਆਂ ਦੇ ਵਿੱਚ ਉਹ ਮੈਨੂੰ ਬੇਇੱਜ਼ਤ ਕਰਕੇ ਨਹੀਂ ਬਾਹਰ ਕੱਢਦੇ ਆ ਤੈਨੂੰ ਉਹਨਾਂ ਕਿਹੜੀ ਗੱਲੋਂ ਬੇਇੱਜ਼ਤ ਕੀਤਾ ਤੇਰੀ ਵਜ੍ਹਾ ਤੂੰ ਜਿਹੜਾ ਤੂੰ ਆਮਰੀ ਦਾ ਸਨੇਹਾ ਪਤਰਾ ਉਹਦੇ ਅਪੜੈਂਦੀ ਰਹੀ ਆ ਸੁਗਰੀ ਨੂੰ ਦੋਰ ਫਿੱਟੇ ਮੂੰਹ ਹੈ ਉਹਨਾਂ ਦਾ ਮੈਂ ਕਦਣ ਅਪੜੈਂਦੀ ਰਹੀ ਆ ਮੈਨੂੰ ਉਤੋਂ ਫਦਿਆ ਨੇ ਪਤਾ ਨਹੀਂ ਤੂੰ ਕਿਦਾਂ ਸੁਗਰੀ ਕੋਲ ਖਲੀਆਂ ਤੇ ਜਿਹੜਾ ਮੁਗਲਾ ਪਿਰਾਈ ਆ ਨਾ ਉਸ ਵੇਖ ਕੇ ਜਾ ਕੇ ਜੱਟੀ ਨੂੰ ਦੱਸਿਆ ਹੈ ਕਿ ਜਿਹੜੀ ਸਨਮੀ ਆ ਨਾ ਉਹ ਸੁਗਰੀ ਨੂੰ ਖਤ ਪੱਤਰ ਅਪੜੈਂਦੀ ਆ ਆਮਰੀ ਦਾ ਦਿੰਗੀ ਵਗ ਜਾਸੇਜ਼ਤੀ ਕਰਕੇ ਵਾਪਸ ਗੱਲ ਦੇਣਾ ਉਸ ਨਾਲ ਚੰਗਾ ਆਪਾਂ ਮਿਰਚਾਂ ਖਾ ਲਈਏ ਮੈਨੂੰ ਨਹੀਂ ਪਤਾ ਮੈਂ ਤਾਂ ਆਦੀ ਸਹੇਲੀ ਸੁਗਰੀ ਦੀ ਸ਼ਾਦੀ ਤੇ ਜਾਸਾਂ ਉਹਦੀ ਕਿਹੜਾ ਨੇਤ ਨੇਤ ਸ਼ਾਦੀ ਆਉਣੀ ਹੈ ਮੈਨੂੰ ਡੱਕੀ ਜਾਂਦਾ ਮੈਂ ਜਾਂਦੀ ਪਈ ਜਿਹੜੀ ਉਸੇ ਵੇਖੀ ਜਾਸਾਂ ਓਏ ਇੱਧੇ ਆ ਤੂੰ ਡੱਕੀ ਜਾਣਾ ਨਹੀਂ ਜਾਣਾ ਅੰਦਰ ਚੱਲ ਕੇ ਮੈਂ ਰੋਟੀ ਪਕਾ ਲੈ ਟੁਰ ਪਰ ਉੱਪਰ ਟੁਰ ਜਾਸੀ ਨੇ ਤੂੰ ਚੌਧਰੀ ਸਾਹਿਬ ਗੱਲ ਦੇਗਾ ਪਕਾਵਣ ਦੀ ਕੋਈ ਨਹੀਂ ਹੈ ਮੈਂ ਦੇਗਾ ਪਕਾ ਸਾਂ ਔਰ ਬੰਬ ਕਾਟ ਛੱਡ ਸਾਂ ਪਰ ਤੁਹਾਡਾ ਵਿਹਾਰ ਨਹੀਂ ਠੀਕ ਤੁਹਾਡਾ ਇੰਨਾ ਵੀ ਵਿਹਾਰ ਗੰਦਾ ਕੋਈ ਨਹੀਂ ਹੈਗਾ ਨਾ 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 ਮੈਂ ਦੇਗਾ ਲਿਆਉਣੀਆਂ ਨੇ ਕਿਰਾਏ ਤੇ ਦੇਗਾ ਮੈਂ ਪਕਾ ਛੱਡਣੀਆਂ ਨੇ ਉਸ ਤੋਂ ਬਾਅਦ ਤੁਸੀਂ ਮੈਨੂੰ ਕਿਰਾਇਆ ਕੋਈ ਨਹੀਂ ਦੇਣਾ ਲੜਾਈ ਤੇ ਰਾਂਦ ਪੈ ਜਾਣੀ ਆਪਣੀ ਕਿਉਂ ਰਾਂਦ ਪੈ ਜਾਸੀ ਉਹ ਜਿਵੇਂ ਨਿਉਂਦਰਾ ਉਗੜੀ ਜਾ ਪੈਸੇ ਤੇਰੀ ਤਲੀ ਤੇ ਚੌਧਰੀ ਚਾਹਦਾ ਸਾਂ ਤੇਰੇ ਨਿਉਂਦਰੇ ਤੇ ਨਹੀਂ ਰਾਣਾ ਹੋ ਸਕਦਾ ਤੇ ਨਿਉਂਦਰਾ ਨਾ ਹੀ ਤਵੇ ਉਹ ਸੰਤ ਪੈਸੇ ਕਹਿੜੇ ਦੇ ਕਿਉਂ ਨਾ ਪੋਸੀ ਨਿਉਂਦਰਾ ਉਹ ਜਿਸ ਜਿਸ ਹਿਸਾਬ ਨਾਲ ਮੈਂ ਨਿਉਂਦਰਾ ਪਾਇਆ ਸਾਰਾ ਕਾਪੀ ਤੇ ਲਿਖਿਆ ਹੋਇਆ ਹੈ ਤੇ 3 ਲੱਖ ਰੁਪਇਆ ਬਣਦਾ ਮੇਰਾ ਨਿਉਂਦਰੇ ਦਾ ਨਿਉਂਦਰੇ ਵਾਪਸ ਕੋਈ ਨੀ ਆਉਂਦੇ ਹੁੰਦੇ ਮੁੜ ਤੁਹਾਡੇ ਰੰਗਿਆਂ ਨੂੰ ਪਿੱਛੇ ਖੁਸ਼ੀ ਪਚਦੀ ਹੈ ਉਹ ਕੰਮੀ ਬੰਦਾ ਹੈ ਤੇ ਆਪਣੀ ਔਕਾਤ ਵਿੱਚ ਰਹੋ ਮੈਂ ਤੇਰੀ ਸਹਿ ਬਰਦਾਸ਼ਤ ਕੀਤੀ ਖੋਤਾ ਮੈਂ ਕੰਮੀ ਜ਼ਰੂਰ ਹਾਂ ਜੀ ਉਹ ਜੇ ਤੁਸੀਂ ਚੌਧਰੀ ਨੇ ਨਾ ਤੁਹਾਡੇ ਨਾਲ ਤਾਂ ਗੁਬਾਰਾਂ ਦੀ ਤੇ ਮਾਛੀਆਂ ਦੀ ਸ਼ਾਦੀਆਂ ਸੋਹਣੀਆਂ ਆਉਂਦੀਆਂ ਗੁਬਾਰਾਂ ਤੇ ਮਾਛੀਆਂ ਦੀਆਂ ਸ਼ਾਦੀਆਂ ਸੋਹਣੀਆਂ ਆਉਂਦੀਆਂ ਤੇ ਉੱਥੋਂ ਲਿੱਤਰ ਵੀ ਤਾਂ ਜਲ ਕੇ ਅਮਨਾ ਹੈ ਉਹ ਕਾਰ ਕਰੀਛੀ ਤੂੰ ਵੇ ਟੰਗ ਨਾ ਆੜਾ ਮੈਂ ਤੈਨੂੰ ਦੱਸਦਾ ਪਿਆ ਆਦੀ ਬੜਾਈ ਹੈ ਇਹ ਬਤਰੀ ਹੈ ਇਹਨੂੰ ਠਾਲ ਲੈ ਮੈਂ ਤੈਨੂੰ ਦੱਸਦਾ ਪਿਆ ਮਾਮਾ ਤੂੰ ਇਹਨੂੰ ਕਿਵੇਂ ਸੱਦੀ ਖੜੋਤਾ ਉਹ ਮੈਂ ਕਿਤਾ ਵਿਚਾਰੀ ਦੀ ਰੋਜ਼ੀ ਬਣ ਜਾਸੀ ਅਗੂ ਨਖਰੇ ਪਿਆ ਕਰਦਾ ਤੂੰ ਰੋਜ਼ੀ ਬਣਵਾ ਲੈ ਤੇ ਆਪਣੀ ਰੜੀ ਮੋਂ ਨਿਕਲ ਜਸੇ ਰੜੀ ਕਿਉਂ ਨਿਕਲ ਜਾਸੀ ਐਵੇਂ ਮੂੰਹ ਮਾਰੀ ਜਾਨੀ ਮਾਮਾ ਮੈਂ ਮੂੰਹ ਨਹੀਂ ਮਾਰੀ ਜਾਨੀ ਮੈਂ ਤਾਂ ਸੱਚੀ ਗੱਲ ਤੈਨੂੰ ਕਰਦੀ ਪਈ ਆ ਗਾਮੀ ਦੀ ਸ਼ਾਦੀ ਤੇ ਦਾ ਦੇਗਾ ਇਸ ਗੋਸ਼ਤ ਦੀ ਉਹਨਾਂ ਦੀ ਤੜਕ ਚੜੀਆਂ ਤੇ ਉਹਨਾਂ ਲਿੱਤਰ ਮਾਰ ਕੇ ਨੂੰ ਕਢਿਆ ਹਾ ਉੱਤੇ ਬੇਵਕੂਫੀ ਤਾਂ ਉਹਨਾਂ ਦੀ ਆਦ ਹੀ ਆਈ ਮੈਂ ਦੇਗਾ ਪਕਾਈਂਦਾ ਪਿਆ ਸੋ ਦੇਗਾ ਉੱਤੇ ਰੱਖੀ ਖੜੋਤਾ ਮੈਨੂੰ ਸਾਧ ਕੇ ਲੈ ਗਏ ਆਖੇ ਸਾਡਾ ਨਿਉਂਦਰਾ ਲਿਖ ਮੈਂ ਨਿਉਂਦਰਾ ਲਿਖਦਾ ਰਹਿ ਗਿਆ ਉਹ ਤਾਂ ਦੇਗਾ ਮੁਰ ਸੜਨੀਆਂ ਹੀ ਆਣ ਇਹ ਗੱਲ ਤਾਂ ਹੁਣ ਤੂੰ ਲੋਕਾਂ ਦੇ ਮੂੰਹ ਰੱਖਣੀ ਵਾਸਤੇ ਕਰਨਾ ਕਿ ਮੈਨੂੰ ਉਹਨਾਂ ਨਿਉਂਦਰ ਤੇ ਬਹਾਇਆ ਉਹਨਾਂ ਦੀ ਬੈਦਰੀ ਚ ਬੰਦਾ ਕੋਈ ਨਹੀਂ ਆ ਉਹਨਾਂ ਤੈਨੂੰ ਕਾਲੇ ਚਿੱਟੇ ਨੂੰ ਬਹਾਉਣਾ ਹਾ ਉਹ ਕਾਲੀ ਤ੍ਰਿਡੀ ਐਵੇਂ ਵਾਦ ਵਾਦ ਕੇ ਗੱਲਾਂ ਨਾ ਕੀਤੀ ਜਾ ਉਹਨਾਂ ਦੀ ਬਿਆਦਰੀ ਜੇ ਕੋਈ ਪੜਿਆ ਲਿਖਿਆ ਬੰਦਾ ਹੁੰਦਾ ਨਾ ਤਾਂ ਮੈਨੂੰ ਨਿਉਂਦਰਾ ਲਿਖਣ ਦੀ ਪਰ ਉਹਨਾਂ ਹੀ ਆਖਦੇ ਹਾਂ ਓਏ ਤਮੀਜ਼ ਨਾਲ ਗੱਲ ਕਰ ਮੇਰੀ ਬੜੇ ਨੂੰ ਕਾਲੀ ਤ੍ਰਿਡੀ ਸੱਡੀ ਖੋਤਾ ਪਹਿਲੇ ਉਹਦੇ ਕੋਲ ਤਾਂ ਪੁੱਛ ਲੈ ਉਸ ਕੀ ਬਕਵਾਸ ਕੀਤੀ ਏ ਮਾਮਾ ਤੂੰ ਚੁੱਪ ਕਰਕੇ ਖੋ ਇਹ ਲਮਕੇ ਹੋਠ ਵਾਲਾ ਖੋਤਾ ਤੇਰੇ ਕਾਬੂ ਨਹੀਂ ਚੜਦਾ ਇਹਦੇ ਨਾਲ ਮੈਂ ਨਿਬੜਨੀ ਆ ਓ ਮੇਰੀ ਜੀ ਆ ਤੈਨ ਨਿਬੜਨ ਦੀ ਲੋੜ ਕੋਈ ਓ ਜਾ ਉੱਥੇ ਚਿਹਰਾ ਖੜ ਦੇ ਗਾਦੀਆ ਓ ਲੱਕੜਾਂ ਪਈਆਂ ਨੇ ਮੈਂ ਤੇਰੇ ਕੋਲ ਗੇੜਾ ਲਾਈ ਰੱਖਾਂ ਤੇ ਜਿਵੇਂ ਜਿਵੇਂ ਮੈਂ ਆਖਾਂ ਉਵੇਂ ਕਰਨਾ ਇੱਥੇ ਮੇਰਾ ਹੁਕਮ ਚੱਲਣਾ ਬੱਲੇ ਬਾਈ ਬੱਲੇ ਵਾਹ ਆ ਵਿਕਦੇ ਆਵਣੇ ਹਾਂ ਹੈ ਦਰੀਡੀਆਂ ਨੂੰ ਜ਼ੁਕਾਮ ਆਵਣਾ ਹਾਂ ਮੋੜ ਬਕਵਾਸ ਕਰਦਾ ਵੀ ਉਹਦਾ ਫਾ ਜਾ ਚਲਾ ਕੰਮੀ ਹੋ ਕੇ ਚੌਧਰੀਆਂ ਨੇ ਪੰਗੇ ਲੈਂਦਾ ਆ ਸਾਵੀਆਂ ਲੱਕੜੀ ਪਈ ਹਾਂਜੀ ਆ ਸਾਵਣੀਆਂ ਚੱਬਲ ਹੋਇਆ ਕੇ ਚੱਲ ਮਿਰਦੀ ਮੁੱਲ ਕੋਈ ਨਹੀਂ ਪਵਣਾ ਜਿਹਦੇ ਸਾਂਝ ਪਾਉਂਏ ਮੁੱਲ ਕੋਈ ਨਹੀਂ ਪਵਣਾ ਜਿਹਦੇ ਸਾਂਝ ਪਾਉਂਏ ਭਾਈ ਵਾਲ ਜਿਹੜਾ ਨਵਾਂ ਹੁਣ ਬਣਾਉਂਏ ਮੁੱਲ ਕੋਈ ਨਹੀਂ ਪਵਣਾ ਜਿਹਦੇ ਸਾਂਝ ਪਾਉਂਏ ਮੁੱਲ ਕੋਈ ਨਹੀਂ ਪਵਣਾ ਸਾਡੇ
ਮਾਂ ਬਹੁ ਕੋਈ ਸ਼ਰਮ ਕਰੋ ਤੁਹਾਡੀ ਧੀ ਦਾ ਵਿਆਹ ਹੈ ਐਵੇਂ ਟੁਰਿਆ ਜਾ ਤੇ ਮੌਲਵੀ ਨੂੰ ਲੈ ਆ ਧੀ ਦਾ ਨਿਕਾਹ ਪੜਾਈਏ ਹਾਏ ਹਾਏ ਉਹ ਹਾਲੀ ਸਾਨੂੰ ਨਾਸ਼ਤਾ ਲੈਣ ਦੇ ਯਾ ਹੀ ਸਾਡਾ ਪਿੰਡਾ ਥੋੜੇ ਜਿਹਾ ਕਲੈਕਸ਼ਨ ਵਿੱਚ ਗਿਆ ਤੇ ਤੂੰ ਸਾਨੂੰ ਰੋਕ ਦਿੱਤਾ ਵੇ ਪਿੰਡੇ ਨੂੰ ਬਾਅਦ ਚ ਕਲੈਕਸ਼ਨ ਚ ਪਾ ਲਵੀ ਪਹਿਲੇ ਮੌਲਵੀ ਨੂੰ ਸੱਦਣ ਦੇ ਕੁੜੀ ਦਾ ਨਿਕਾਹ ਪੜਾਉਣ ਦੇ ਕੁੜੀ ਦਾ ਰੋ ਰੋ ਤੇ ਬੁਰਾ ਹਾਲ ਹੋਈ ਜਾਂਦਾ ਜਾ ਦਲੀਲ ਦੇ ਬੱਚਿਆ ਮੌਲਵੀ ਸੱਦ ਕੇ ਲਿਆ ਮੈਂ ਤਾਂ ਰਾਜ ਕੇ ਘੰਟਾ ਡੇਢ ਨੱਚਾ ਉਸ ਤੋਂ ਬਾਅਦ ਮੌਲਵੀ ਅਲਜਾ ਸਾਂ ਸ਼ਾਦੀਆਂ ਕੋ ਨੇਤ ਨੇਤ ਨਹੀਂ ਆਉਣੀਆਂ ਬਰਾ ਬੋਦਨਿਆ ਮੌਲਵੀ ਨੂੰ ਲਿਆਵਣ ਦੀ ਲੋੜ ਹੀ ਕੋਈ ਨਹੀਂ ਹੈ ਕਿ ਨਾ ਸੱਦਣ ਜਾਵੀ ਪਿਆ ਓਏ ਕੀ ਪਿਆ ਨਹੀਂ ਉਹ ਤੇਰਾ ਬੇੜਾ ਗਰਕ ਹੋ ਜਾਵੇ ਮੈਂ ਸਹੀ ਪਿਆਕ ਨਹੀਂ ਆ ਨੀ ਕੀ ਬਕਵਾਸ ਕਰੇ ਜਾਨੀ ਆ ਨੀ ਕੱਲ ਮੂਹੇ ਸ਼ਗਨਾਂ ਦਾ ਟਾਈਮ ਹੀ ਗਏ ਜੀ ਉਸ ਹਾਸੇ ਤੂੰ ਗੱਲ ਕਰ ਹੀ ਲਈ ਓੜ ਕੇ ਉਹਦੇ ਮੱਥੇ ਲੱਗ ਗਈ ਕੁਛ ਨਹੀਂ ਹੁੰਦਾ ਤੂੰ ਆਪਣੇ ਖੋਤੇ ਵਾਲੇ ਦੰਦ ਬੰਦ ਹੀ ਰੱਖਿਆ ਕਰ ਤੂੰ ਬਹੁਤਾ ਸਿਰ ਤੇ ਨੂੰ ਚੜਾਇਆ ਹੋਇਆ ਸ਼ੁਕਰਾਂ ਮੈਨੂੰ ਅਸਲ ਮਸਲਾ ਦੱਸ ਦੱਸ ਨਹੀਂ ਆ ਮਸਲਾ ਬਕਵਾਸ ਨਾ ਕਰੀ ਨਹੀਂ ਤੇ ਮੈਂ ਤੇਰੀ ਜ਼ੁਬਾਨ ਵੜ ਦੇਵਾਂਗੀ ਉਹ ਪੁੱਛਦਾ ਬੇਗਤ ਮੈਨੂੰ ਦੱਸਣ ਦੇ ਕਿ ਤੈਨੂੰ ਕੀ ਮਸਲਾ ਹੈ ਦੱਸ ਕੀ ਦੱਸਣਾ ਹੈਗਾ ਵੇਖ ਮੈਂ ਲਿੱਤਰ ਹੱਥ ਚ ਕਰਨ ਲੱਗੀ ਆ ਲਿੱਤਰ ਤਾਂ ਬੜਾ ਡਰਾਵਾ ਦੇਣੀ ਹੈਗੀ ਲਿੱਤਰ ਹੱਥ ਚ ਕਰ ਲਈ ਸਾ ਉਹ ਸੁਗਰਾ ਅਸਲ ਮਸਲਾ ਦੱਸ ਤੂੰ ਮਸਲਾ ਇਹ ਹੋਇਆ ਗਿਆ ਕਿ ਇੰਨੀ ਠੰਡ ਪੈਂਦੀ ਪਿਆਗੀ ਤੇ ਮੌਲਵੀ ਵਿਚਾਰਾ ਸੁੱਤਾ ਪਿਓ ਸੀ ਤੇ ਆਪਾਂ ਉਹਨੂੰ ਕਿਉਂ ਡਿਸਟਰਬ ਕਰਨਾ ਹੈ ਤੂੰ ਚਾਹਨੀ ਗਰਮੀਆਂ ਚ ਹੋ ਜਾਵੇ ਹੋਰ ਤੇ ਲੋਕ ਇੱਥੇ ਤੈਨੂੰ ਪਤਾ ਹੈ ਗਰਮੀ ਜੁਨਾਂ ਦਾ ਬੁਰਾ ਹਾਲ ਹੋ ਜਾਂਦਾ ਮੇਰਾ ਤਾਂ ਇਰਾਦਾ ਹੈ ਪਰ ਹੁਣੇ ਕਰ ਲਵੀਏ ਉਹ ਗਰਮੀਆਂ ਤੇ ਪੱਖੇ ਲਾਲ ਸਾ ਲੇਕਿਨ ਹੁਣ ਸ਼ਾਦੀ ਕੈਨਸਲ ਕਰੋ ਤੂੰ ਆਪਣੀ ਬਕਵਾਸ ਬੰਦ ਰੱਖ ਮੌਲਵੀ ਜਿਹੜਾ ਨਾ 5 ਵਜੇ ਉੱਠ ਕੇ ਤੇ ਮਸੀਤੇ ਚਲਾ ਜਾਂਦਾ ਹੈ ਸੁਗਰਾ ਭੈਣ ਜਦੋਂ ਤੇਰੇ ਮਾਂ ਪਿਓ ਮੈਨੂੰ ਪਰਨਾ ਕੇ ਲੈ ਆਂਦਾ ਨਾ ਤੇ ਐਡੀ ਐਡੀ ਬਰਫ ਜੰਮੀ ਹੋਈ ਆਈ ਤੇ ਮੌਲਵੀ 6 ਵਜੇ ਮੇਰਾ ਨਿਕਾਹ ਪੜਾ ਛੱਡਿਆ ਤੇ ਨਿਬੇੜ ਤੇ ਨਿਕਲ ਗਿਆ ਸੇ ਬੰਬ ਚੱਲਿਆ ਬੰਬ ਨਹੀਂ ਚੱਲਿਆ ਕਾਲੇ ਤਵੇ ਆ ਮੈਂ ਨੱਚਦੀ ਰਹੀ ਆ ਤਾਂ ਵਾਲ ਐਵੇਂ ਹੋ ਗਏ ਨੇ ਅੱਛਾ ਕਾਰ ਕੜੀਛੀ ਸਾਹਿਬਾਂ ਆ ਡੱਡੂ ਖਾਣੀ ਸਪਣੀ ਆ ਆ ਜਾ ਗੰਡੇ ਚੀਰ ਕੇ ਦੇ ਲਾਖ ਦਿਲਾਨਾ ਤੇ ਤੇਰੇ ਮੂੰਹ ਦੇ ਉੱਤੇ ਆ ਸਾਰੇ ਪ੍ਰਾਣੇ ਬੈਠਣ ਤੇ ਤੂੰ ਗੱਲ ਤਾਂ ਸੁਰ ਦੀ ਕਰ ਲਈ ਕਰ ਤੇਰੀ ਰੰਦ ਹੱਥ ਰੁੱਟੇ ਹੁਣ ਜੇ ਤੇਰੇ ਹੱਥ ਰੁੱਟੇ ਹੋਣ ਚਲੋ ਮੈਂ ਸੋਹਰੇ ਚ ਆਖ ਲੈਣਾ ਆ ਗੰਡੇ ਸੋ ਚੀਰ ਕੇ ਦੇ ਫਿਟੇ ਲਾਨਾ ਤੇ ਆਦੀ ਆਦਾ ਤੂੰ ਤਾਂ ਨਹੀਂ ਹਟਣਾ ਤੂੰ ਆਪ ਤਾਂ ਆਖਿਆ ਤੇਰੇ ਨਾਲ ਰਲ ਕੇ ਕੰਮ ਕਰਵਾ ਸਾ ਮੈਂ ਤੈਨੂੰ ਕੰਮ ਕਰਾਉਣ ਦਾ ਨਹੀਂ ਆਖਿਆ ਮੈਂ ਨਿਗਾਹਵਾਨੀ ਦਾ ਆਖਿਆ ਵੀ ਤੂੰ ਸ਼ਾਇ ਨਾ ਹੇਠ ਉੱਤੇ ਕਰ ਲਵੀਂ ਨਾਲੇ ਤੂੰ ਬੋਨੀ ਚ ਗੋਸ਼ਤ ਕੱਢ ਕੇ ਤੂੰ ਦਾ ਤੇਰੀ ਆਦਤ ਗੰਦੀ ਹੈ ਗੋਸ਼ਤ ਉਸੇ ਤਾਂ ਮੈਂ ਖਾਸਾਂ ਤੂੰ ਸਾ ਨਾ ਉਹ ਤਾਂ ਗੋਸ਼ਤ ਨਾ ਲਿਆਂਦਾ ਹੀ ਕੋਈ ਨਹੀਂ ਮੈਂ ਦੇਗਾ ਲਿਆ ਕੇ ਅੱਗ ਬਾਲ ਕੇ ਪਾਣੀ ਵਿੱਚ ਪਾ ਕੇ ਉੱਤੇ ਪਾਣੀ ਦੇ ਦਰੀਆਂ ਪੀਣ ਦੇਗਾ ਮੈਨੂੰ ਲੱਗਦਾ ਇਹਨਾਂ ਨੂੰ ਤੱਤਾ ਪਾਣੀ ਪਿਵਾਊਗਾ ਚੌਧਰੀ ਕੁੱਕੀ ਉਹ ਦਲੀਲ ਦਾ ਬੱਚਾ ਗੱਟੂ ਕਸਾਈ ਜੇ ਗੋਸ਼ਤ ਲੈ ਕੇ ਨਹੀਂ ਆਇਆ ਤੇਰੇ ਕੋਲ ਉਹ ਜੇ ਗੱਟੂ ਕਸਾਈ ਗੋਸ਼ਤ ਲੈ ਕੇ ਆਇਆ ਹੁੰਦਾ ਤੇ ਮੈਂ ਇੱਥੇ ਬੋਹ ਚ ਆ ਕੇ ਖਲੋਵਣਾ ਹਾਂਏ ਕਬਰਾ ਤੂੰ ਕੋਇਆ ਚਿੜੇ ਦਾਲ ਖਾਵਣ ਵਾਲਿਆ ਤੂੰ ਇਹ ਗੱਲ ਮੈਨੂੰ ਕਰਦਾ ਪਿਆ ਓਏ ਹੱਥ ਲਾ ਕੇ ਨਾ ਕਰੀ ਮੈਂ ਤੈਨੂੰ ਦੱਸਦਾ ਪਿਆ ਮੂੰਹ ਨਾਲ ਸਿਰਫ ਗੱਲ ਕੀਤੀ ਕਰ ਮੈਂ ਤੇਰੇ ਦੰਦ ਬਾਹਰ ਕੱਢ ਛੱਡਦਾ ਤੂੰ ਪਿਆ ਨਾ ਮੂੰਹ ਨਾਲ ਗੱਲ ਕੀਤੀ ਕਰ ਕਿਉਂ ਮੈਂ ਤੇਰੇ ਅਸਤ ਬੋਹ ਨਵਾਂ ਸੂਟ ਮੈਂ ਗੱਤੀ ਖਲੋਤੀ ਆ ਬੇਹਈਆ ਆਉਂਦੀ ਤੇ ਮੋੜੀ ਬੋਹ ਪਈ ਲਖ ਲਾਨਾ ਤੇ ਆ ਕਿਹੜੇ ਕੰਜਰ ਨੇ ਨਾਈ ਸੱਦ ਕੇ ਲਿਆਂਦਾ ਮੈਨੂੰ ਬੰਦਾ ਵਿਖਾਓ ਆ ਤੇਰੇ ਕੰਜਰ ਨੇ ਤੂੰ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਕੋਈ ਢੰਗ ਦਾ ਕੰਮ ਨਹੀਂ ਕੀਤਾ ਉਹ ਤੂੰ ਵੀ ਕੋ ਸੋਚ ਸਮਝ ਕੇ ਗੱਲ ਕੀਤੀ ਕਰ ਕੀ ਸੋਚ ਸਮਝ ਕੇ ਗੱਲ ਕੀਤੀ ਕਰਾ ਉਹ ਤੈਨੂੰ ਕੋਈ ਹੋਰ ਨਾਈ ਨਹੀਂ ਮਿਲਿਆ ਹੈਗਾ ਤੈਨੂੰ ਇਹੋ ਹੀ ਨਾਈ ਮਿਲਿਆ ਹੈਗਾ ਇਹ ਬਹੁਤ ਅੱਛਾ ਹੈ ਤਿੰਦਰ ਮੈਨੂੰ ਮੁਹੱਬਤ ਹੈ ਆ ਮੁਹੱਬਤ ਹੈ ਉਹ ਬੜਿਆ ਤੂੰ ਮੈਨੂੰ ਆਖਿਆ ਚ ਨਾਈ ਦਾ ਮੈਂ ਤੈਨੂੰ ਸ਼ਹਿਰੋਂ ਮੰਗਾ ਦੇਵਾਂ ਮੈਂ ਇੱਕ ਲੰਬਰ ਜੇਨੂੰ ਤੂੰ ਲੈ ਆਂਦੇ ਤਾਂ ਜਹਾਨ ਦੀ ਚਗਲ ਤੂੰ ਮੇਰਾ ਪੁੱਤ ਹੈ ਪਿਓ ਨਾ ਬਣ ਠੀਕ ਹੈ ਅੱਬਾ ਕੰਮ ਨੂੰ ਤੋਨ ਕਰਾ ਕਿਸੇ ਕੋਲ ਦੇਗਾ ਖਰਾਬ ਕਰਵਾ ਤੇ ਇੱਥੇ ਨਾ ਹੁਣ ਬੈਸ ਕਰੀ ਜਾਓ ਤੇ ਤੂੰ ਚਲਾ ਜਾ ਤੇ ਜਾ ਕੇ ਮੌਲਵੀ ਨੂੰ ਸੱਦ ਲੈ ਆ ਕੁੜੀ ਦਾ ਨਿਕਾਹ ਪੜਾਈਏ ਠੀਕ ਹੈ ਮਾਂ ਜੀ ਮੈਂ ਜਾ ਕੇ ਮੌਲਵੀ ਨੂੰ ਘੇਰ ਰਿਆ ਮਨਾ ਆ ਜਾ ਸ਼ੁਰੂ ਕਰੋ ਨਹੀਂ ਚਿਕਰ ਤੁਸੀਂ ਅੱਲਾ ਗਾ ਹਾਂ ਹਾਂ ਕੁਸ਼ਗਲ ਮੇਲਾ ਕਰੋ ਤੂੰ ਹੁਣ ਇੱਥੇ ਮੂੰਹ ਚਾ ਕੇ ਨਾ ਖੜਾ ਮਗਰੂ ਭਾਵੇਂ ਕੁੱਤੇ ਭਾਂਡੇ ਪਲੇਟ ਕਰ ਛੱਡਣ ਨਾ 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 ਮੈਂ ਤਾਂ ਹੱਲਾ ਗੁੱਲਾ ਵੇਖ ਕੇ ਜਾਸਾਂ ਨਾਲੇ ਬਾਅਦ ਜੀ ਕੁੱਤਿਆਂ ਹੀ ਖਾਣਾ ਤੂੰ ਜਾਣਾ ਕਿ ਲਿੱਤਰ ਲਾਵਾਂ ਨਾ ਨਾ ਕਰ ਲੈ ਰਸਾਈਆਂ ਜ਼ਿੱਦ ਸੱਟ ਛਡੋਲਾ ਸੜੀਆਂ ਨੂੰ ਕਰਨੀ ਇੰਜ ਸਾੜ ਕੋਲਾ ਸੜੀਆਂ ਨੂੰ ਕਰਨੀ ਇੰਜ ਸਾੜ ਕੋਲਾ ਜ਼ਿੰਦਗੀ ਨੂੰ ਮੇਰੀ ਨਵਾਂ ਰੋਗ ਲਾਉਂਦੇ ਹੋ ਮੁੱਲ ਕੋਈ ਨਹੀਂ ਪਵਣਾ ਉਹ ਜਿੱਦ ਸਾਂਝ ਪਾਉਂਏ ਮੁੱਲ ਕੋਈ ਨਹੀਂ ਪਵਣਾ ਜਿੱਦ ਸਾਂਝ ਪਾਉਂਏ ਭਾਈ ਵਾਲ ਜਿਹੜਾ ਨਵਾਂ ਹੁਣ ਬਣਾਉਂਦੇ ਹੋ ਮੁੱਲ ਕੋਈ ਨਹੀਂ ਪਵਣਾ
अस्सलाम वालेकुम। वालेकुम अस्सलाम रहमतुल्लाहि व बरकातहू। मौलवी साहब तानू आ के आए साडे छवेर दा निकाह आके पढ़ना ने तुसी आए भी नहीं तुहाडा से उत्थे इंतजार कीती जाने। यार बेटा इस तरह करो तुसी मौलवी बशीर साहब नु सद लो मैं किधर काम जाना। जनाब ओंदा पता कीता ओंदे ना मामी मर गई होगी होया मुल्तान फौत कीते असी तां तुहाडे लाया। असल गल ए है बेटा हां जी पिछली दफा जदों मैं निकाह करावण गया सी ना तुहाडे वालिद साहब ने फीस नहीं दित्ती सी कोई मर नहीं गया जेड़ा तू रोई जानी है। अच्छा बेटा पढ़ो निकाह। औज़ बिल्लाहि मिनश शैतान रजीम। मौलवी साहब एक मिनट हुन की हो गया हुन तेरे ढिड च की पीड़ पै गई है। अम्मा मैनू जरूरी काम होने याद आया है तो मैं पहले आधा जरूरी काम कीती आवां तो बाद निकाह पढ़ सा। ओ सुगरा ओ मैं भी सुबह दे इत्थे ठंड च बैठा ओ पहले मेरे नाल निकाह कर ले बाद च मैं आप तेन बूहे बूहे बुआसा। है वे मैं बिल्ली है जेड़ी बूहे बूहे बुमना है। नहीं चट्टी बरजाई आदि दीनू को समझाए ता खीरी कितने खड़ोती है कि ये इंदा निकाह करते सी घरे जाइए। नहीं सुगरा क्यों तू मैनू शरीके दे वेच गंदा करवाऊं है निकाह पढ़ जल्दी नाल। अम्मा तू ना शरीके दे वेच गंदा हो भाई मैं तो पहले जरूरी काम कीती आवां ते हट के निकाह पढ़ लई सा। कोई जरूरी काम नहीं करना चुप करके निकाह पढ़वा। सुगरा निकाह पढ़ ले। नहीं इनू जावन दो जेड़ा ने जरूरी काम है काना ने बैठ आवे। जा नहीं तो दो मिनट दे विच विच आवे नहीं तो तैनू मेरा पता है मैं तेरे पीछे डंडा लेके आना है। हां उठे गप्पा च बैठ ना रवी मेरा तो मोड़ तैनू पता ना मैं की करंदा होना। ना मैं कल्ली जी नहीं जावन देना कौसरी इंदे नाल जा। हां हां अब मैं नहीं। अब भाई नहीं तो बैठे रहंदे हो खा। ओ नहीं जा जे नाल तू दूल्हन वाला सूट पायो है नाल छुर चंगी है ले जा इनू नाल। इनू रस्ते च चूंडियां वड़दी इनू इत्थे बैठा रहंदे मेरी सोहनी सुगरा आन जान करी। मशुरा दे बदनाम सुगरी स्ने पत्ते गलती है तू कोई माई ना तेन घरे चढ़न देगी ना तेरे घरे आंदी है मेनु कोई चंगा मशवरा दे मिनटा तू पहले पहले मेरे को टाइम कोई नहीं। ਸ਼ੋਕੀ ਉਹ ਸਹੀ ਆਂਦੀ ਪਈ ਹੈ ਬਦਨਾਮ ਤਾਂ ਮੈਂ ਬੜੀ ਹੋਈ ਪਈ ਆ ਖੁਦਾ ਦਾ ਨਾਈ ਇਹਨੂੰ ਕਿਸੇ ਅੰਨੇ ਬੰਨੇ ਲਾਈਏ ਅੰਨੇ ਬੰਨੇ ਤੈਨੂੰ ਲੈਨੇ ਆ ਇਹ ਭਲਾ ਪਿਆਰ ਕਿਹੜੇ ਛੁਆਰ ਨਾ ਕਰ ਦਈਏ ਆਮਰੀ ਨਾਲ ਆਮਰੀ ਨਾਲ ਇਹਨੂੰ ਮੈਂ ਕਿਰਾਇਆ ਆਪ ਦੇ ਕੋਲੋਂ ਦੇਣਾ ਇਹ ਬਸ ਤਬਵੇ ਤੇ ਆਮਰੀ ਕੋਲ ਵਗ ਜਾਵੇ। ਹਾਂ ਇਹ ਠੀਕ ਹੈ ਭਰਾਵਾ ਤੈਨੂੰ ਬਸ ਤੇ ਚੜਾਵਣ ਦੀ ਕੋਈ ਲੋੜ ਨਹੀਂ ਹੈਗੀ ਆਮਰੀ ਦਾ ਤਾਂ ਰਾਤ ਦਾ ਨੰਬਰ ਹੀ ਬੰਦ ਹੈਗਾ ਮੈਂ ਕੀ ਕਰਾਂ। ਵੇ ਸ਼ੋਕੀ ਜਾ ਇਹਨੂੰ ਕਿਸੇ ਆਪਣੇ ਸੱਜਣ ਬੇਲੀ ਕੋਲ ਛਾੜਿਆ ਜਦੋਂ ਇਹਦੀ ਬਰਾਤ ਅਗਾਂ ਪਿਛਾ ਹੋ ਗਈ ਨਾ ਇਤਨੇ ਤੱਕ ਆਮਰੀ ਨਾਲ ਵੀ ਇਹਦਾ ਰابطਾ ਹੋ ਜਾਸੀ। ਦਿਮਾਗ ਤੇਰਾ ਹੀ ਪੂਰਾ ਸੂਰਾ ਜਵਾਨ ਛੋਰੇ ਤੇ ਉਹਨੂੰ ਪਿਆਂਦੀ ਹੈ ਕਿ ਇਹਨੂੰ ਆਪ ਦੇ ਕਿਸੇ ਸੱਜਣ ਬੇਲੀ ਕੋਲ ਛਾੜਿਆ ਇਹਨੂੰ ਮੈਂ ਚਾਰ ਇੱਕ ਦੇ ਆਪ ਦੇ ਮਾਂ ਪਿਓ ਕੋਲ ਛਾੜਿਆ ਮੈਂ। ਹਾਂ ਜਾ ਇਹਨੇ ਮਾਂ ਪਿਓ ਦੇ ਘਰੇ ਵਗ ਜਾ। ਠੀਕ ਹੈ ਮੇਰਾ ਬਰਾ ਫਿਰ ਇੱਥੇ ਲੇਟ ਨਾ ਕਰੋ ਜਲਦੀ ਚਲੀਏ। ਜਾਓ ਜਾਓ ਮੈਂ ਅੱਬੇ ਨੂੰ ਜਾ ਕੇ ਦੱਸ ਅੱਬੇ ਨੂੰ ਕਿਤੇ ਚਾਹੀਦਾ ਦੱਸਣੀ ਇਹਨਾਂ ਫਿਰ ਅੰਦਰ ਚੱਲ छोर दा ब्लड प्रेशर हो गया तेज ते इन दी दवाई मलवन जांदा पिया डॉक्टर को। ब्लड तेज हो गया लाल कपड़े पाए हुए सुना ते शकल ते रास नहीं आंदे पे
सुगरी मेरे जहन च एक प्लान आया की और इधर दी तेन दसनी घरे जाके आखी मेरा नाई नाल निकाह होया ते तेरी बरात वापस वाग गया सी निकाह दोते निकाह तो हो नहीं सकता गल तो तेरे ठीक है मैं नाई नाल पक्की कर लैंदे है मैं नाई आके मेरा मां प्यो जो तेनु सद्दे के साडी छो नाल तू निकाह कीता तो मान जासे ना मान की जाना है मैं तेरे नाल लगा जाना तो बरात उठ उठा देना पर मैनू मिल सी की मेरे सोने दे कड़े बने पैन चार ते दो चाके तैन दे देसा लाया नाई आ सोने तू सुहागा है ओ कड़े वेच लवे ना 6 महीने तू बाह के खा सकना मैं बाह के खाना मैं कंजोर हां मैं आदि सवानी होवन वाली नु पास चल आ तेरी बरात उठावा चलो फेरे इथे लेट की कीती खलोते हैं जानी बिल्लो वेख के आ सुगरी किथे रह गई नु लेके आ लैन नी ना जा मेरा दिल मनदा पिया सुगरा किस नाल नस गए ने चलो जी मैं सच आंदा पिया चुप कर ਆਉਂਦੀ ਪਈ ਤਾਂ ਨਾਈ ਨੂੰ ਨਾਲ ਕਿਉਂ ਲਈ ਆਉਂਦੀ ਬੂਟ ਦੇ ਮੂੰਹ ਵਾਲਿਆ ਮੇਰੀ ਭੈਣ ਦੀ ਬਾਹ ਕਿਉਂ ਫੱਦੀ ਬਣਾ ਓਏ ਤੂੰ ਬਾਹ ਦੀ ਗੱਲ ਕਰਦਾ ਪਿਆ ਮੈਂ ਇਹਦੀ ਗੁੱਤ ਵੀ ਫੜ ਸਕਦਾ ਓਏ ਕੀ ਬਕਵਾਸ ਕਰਦਾ ਪਿਆ ਮੈਂ ਬਕਵਾਸ ਨਹੀਂ ਕਰਦਾ ਪਿਆ ਮੈਂ ਹਕੀਕਤ ਬਿਆਨ ਕਰ ਰਿਹਾ ਓਏ ਸਾਡੇ ਨਾਲ ਖੁੱਲ ਕੇ ਗੱਲ ਕਰ ਬੁਝਾਰਤਾ ਨਾ ਪਾ ਕੀ ਹਕੀਕਤ ਬਿਆਨ ਕਰਨੀ ਹੈ ਕਰ ਜੇ ਤੁਸੀਂ ਹਕੀਕਤ ਹੀ ਸੁਣਨਾ ਚਾਹੁੰਦੇ ਜੇ ਤੇ ਹਕੀਕਤ ਇਹ ਹੈ ਇਹ ਮੇਰੀ ਬੀਵੀ ਹੈ ਮੈਂ ਇਹਦੇ ਨਾਲ ਨਿਕਾਹ ਕੀਤਾ ਹੋਇਆ ਜੋ ਤੇਰਾ ਪੰਨਾ ਚਵੇ ਨਾਈ ਹੈ ਤੈਨੂੰ ਮੇਰੀ ਭੈਣ ਹੀ ਦਿੱਸੀ ਆਈ ਮੇਰੀ ਸਵਾਨੀ ਕਰਵਾਇਆ ਇਹਨੂੰ ਮੈਂ ਹਟਕਦਾ ਰਹਿ ਗਿਆ ਪਿੱਛੋ ਹੋਰ ਕਿਸੇ ਹੋਰ ਪਾਸੇ ਮੰਗੀ ਹੋਈ ਹੈ ਨਹੀਂ ਐਸਾ ਕਿਆ ਮੈਂ ਨਿਕਾਹ ਕਰਵਾਉਣਾ ਹੀ ਕਰਵਾਉਣਾ ਓਏ ਖਬਰਦਾਰ ਇਹਨੂੰ ਹੱਥ ਨਾ ਚਾ ਮੈਂ ਦੱਸਦਾ ਪਿਆ ਦੱਸਦਾ ਪਿਆ ਅੰਮਾ ਇਹਦੇ ਚ ਬਿਹਤਰੀ ਇਹੋ ਹੈਗੀ ਹੈ ਜਾਂਜ ਨੂੰ ਵਾਪਸ ਗੱਲ ਪਈ ਓ ਸੁਗਰਾ ਜੇ ਮੇਰੇ ਨਾਲ ਸ਼ਾਦੀ ਨਹੀਂ ਕਰਨੀ ਹੈ ਤਾਂ ਮੈਨੂੰ ਕਿਉਂ ਸਰਦੀਆਂ ਜ਼ਲੀਲ ਕੀਤਾ ਈ ਓ ਮੇਰਾ ਨਿੱਕਾ ਭਰਾਵਾ ਆ ਕਿਤੇ ਹੋਰ ਘਰ ਚ ਜਾਈਏ ਤਾਂ ਉੱਥੋਂ ਜ਼ਲੀਲ ਹੋ ਕੇ ਨਿਕਲੀ ਸੁਗਰੀ ਤੂੰ ਮੇਰੀ ਪੱਗ ਮਿੱਟੀ ਚ ਰੋਲਤੀ ਏ ਦਿਲ ਕਰਦਾ ਤੈਨੂੰ ਕਤਲ ਕਰ ਦੇਵਾਂ ਤੇ ਕਰਦਾ ਕਿਉਂ ਨਹੀਂ ਕਤਲ ਐਵੇਂ ਜੇਲ੍ਹ ਚਲਾ ਜਾਸਾ ਕਤਲ ਕਰਨ ਵਾਸਤੇ ਵੀ ਜਿਗਰਾ ਚਾਹੀਦਾ ਜਿਹੜਾ ਤੇਰੇ ਕੋਲ ਹੈ ਹੀ ਕੋਈ ਨਹੀਂ ਸੁਗਰਾ ਭੈ ਤੂੰ ਤਾਂ ਆਦੀ ਮਨ ਪਸੰਦ ਕਰ ਲਈ ਏ ਮੇਰਾ ਘਰ ਤਾਂ ਉੱਜੜ ਗਿਆ ਹੁਣ ਮੇਰਾ ਵਿਰਾਹ ਮੈਨੂੰ ਆਦ ਨਾਲ ਹੀ ਲੈ ਕੇ ਜਾਸੀ ਓ ਭੈਣ ਬਿੱਲੋ ਚੁੱਪ ਕਰ ਮੇਰਾ ਤਾਂ ਘਰ ਖਰਾਬ ਹੋ ਗਿਆ ਨਾ ਮੈਂ ਨਹੀਂ ਚਾਹੁੰਦਾ ਮੈਂ ਤੇਰਾ ਘਰ ਖਰਾਬ ਕਰਾਂ ਤੂੰ ਆਦੇ ਘਰ ਦੇ ਵਿੱਚ ਹੀ ਵਸ ਮਿਹਰਬਾਨੀ ਇਹੋ ਜਿਹਾ ਵਿਰਾਹ ਲਹਾਰ ਨੂੰ ਦੇਵੇ ਓ ਮੈਨੂੰ ਇਹ ਦੱਸੋ ਨਾਈ ਇਵੇਂ ਲੈ ਜਾਵੇ ਇਹਨੂੰ ਕਿ ਇੱਜ਼ਤ ਨਾਲ ਟੋਰਸੋ ਤੇ ਮੇਰਾ ਵਿਰਾਹ ਇੱਜ਼ਤ ਨਾਲ ਟੋਰਸਨ ਦੇਗਾ ਤਾਂ ਰੱਬੂ ਪੱਕਦੀਆਂ ਪਈਆਂ ਨੇ ਦੇਗਾ ਖੇ ਪੱਕਦੀਆਂ ਪੈਣ ਗੋਸ਼ਤੇ ਨਾਲ ਲਿਆਂਦਾ ਨਹੀਂ ਤੇ ਗੰਢੇ ਹੀ ਪੱਕਦੇ ਪੈਣ ਭੈਣ ਸਾਬਰਾ ਮੈਨੂੰ ਮਾਫ ਕਰ ਦੇ ਵੀ ਤੁਸੀਂ ਬਰਾਤ ਲੈ ਕੇ ਆਏ ਮੇਰੀ ਦੀ ਗਲਤ ਕਦਮ ਉਠਾ ਬੈਠੀ ਮੈਂ ਬਹੁਤ ਸ਼ਰਮਿੰਦਾ ਹਾਂ ਮੈਂ ਬਹੁਤ ਸ਼ਰਮਿੰਦਾ ਸ਼ਾਦੀ ਕਰਨ ਲੱਗਿਆ ਨਾ ਧੀਆਂ ਕੋਲ ਰਜ਼ਾਮੰਦੀ ਪੁੱਛ ਲੈਣੀ ਚਾਹੀਦੀ ਹੈ ਹਾਂ ਅਗਰ ਤੂੰ ਵੀ ਕਰਸਾ ਅਗਾ ਤੂੰ ਐਵੇਂ ਕਿਉਂ ਕਰੇ ਸਰ ਧੀ ਤਾਂ ਬੈਠੀ ਕੋ ਨਹੀਂ ਸਮਝਾਉਣਾ ਤੈਨੂੰ ਓਏ ਅੰਮਾ ਆ ਜਾ ਆਪਾਂ ਹੁਣ ਕੀ ਲੈਣਾ ਰਜ਼ਾਮੰਦੀ ਚ ਚਲੀਏ ਓ ਨਾਇਆ ਓ ਮੈਂ ਤੇਰੇ ਤੇ ਇਤਬਾਰ ਕੀਤਾ ਸੀ ਮੈਂ ਕਿਹਾ ਅੱਛਾ ਇਨਸਾਨ ਹੈ ਤੂੰ ਮੇਰੇ ਕਲੇਜੇ ਹੀ ਸੱਟ ਮਾਰੀ ਏ ਓ ਚੌਧਰੀ ਸਾਹਿਬ ਮੈਂ ਤੇਰੇ ਕਲੇਜੇ ਚ ਕੀ ਸੱਟ ਮਾਰਨੀ ਮੈਂ ਕਿਹੜਾ ਲੁਹਾਰਾ ਦਿਲ ਖਾਣਾ ਕਰਦਾ ਪਿਆ ਮੈਂ ਤਾਂ ਪਕਾਣੀਆਂ ਦੇਖਾਂ ਹੀ ਆਣ ਇਹ ਤੇਰੀ ਧੀ ਐਵੇਂ ਕੂੜ ਮਰਾਇਆ ਮੇਰੇ ਕੋਲੋਂ ਹੁਣ ਇਹ ਕੀ ਬਕਵਾਸ ਕੀਤੀ ਜਾਣਾ ਉਹ ਸਾਨੂੰ ਕਿਸੇ ਪਾਸੋਂ ਜੀਣ ਦੇਣਾ ਕਿ ਨਹੀਂ ਪਹਿਲੇ ਸਾਨੂੰ ਤਾਂ ਹਕੀਕਤ ਗੱਲ ਕਰਾਂ ਚ ਅਸੀਂ ਬਰਾਤੀਆਂ ਨਾਲ ਇਨਟੋਰ ਦੇ ਗਿਆ ਹੈ ਨਹੀਂ ਅਸਲ ਰੋਲਾ ਕੀ ਗਿਆ ਦੱਸ ਮੈਨੂੰ ਅੰਮਾ ਉਹ ਆਂਬਰੀ ਵਾਲਾ ਰੋਲਾ ਹੈਗਾ ਤੈਨੂੰ ਪਤਾ ਤੇ ਹੈਗਾ ਨਾਇਡ ਤੂੰ ਮੈਂ ਲਾਲਚ ਦੇਖ ਝੂਠਾ ਸਾਈਂ ਬਣਾਇਆ ਤੇ ਬਰਾਤ ਉਠਾਈਏ ਗਰੋ ਵੇਖਣਾ ਪਿਆ ਆਪਣੀ ਧੀ ਦੇ ਚੱਲ ਕੀ ਡਰਾਮੇ ਕਰਕੇ ਵਹਾਂਦੀ ਪਈ ਤੇਰੀ ਧੀ ਇੱਥੇ ਵੀ ਬੁੱਤ ਬਣ ਕੇ ਖਲੋਤਾ ਰਵੀ ਤੂੰ ਪਰੇਸ਼ਾਨ ਨਾ ਹੋ ਇਹਦੇ ਚੱਲ ਮੈਂ ਇਹਦੇ ਹੀ ਪੱਲੇ ਪਾਤਾ ਇਸੇ ਨਾਇਡ ਨਾਲ ਇਹਦਾ ਨਿਕਾਹ ਕਰਾਣਾ ਹੁਣ ਇਹਨੂੰ ਹਾਸਾ ਕੀਤਾ ਕੰਮ ਆ ਗਿਆ ਐਵੇਂ ਕੁੱਤੇ ਨਾਈ ਆ ਕੇ ਤੈਨੂੰ ਹੁਣੇ ਬਕਵਾਸ ਕਰਨ ਦੀ ਕਿਹੜੀ ਜ਼ਰੂਰਤ ਬਣੀ ਖਲੋਤੀ ਆਈ ਤੇ ਮੈਨੂੰ ਕਿਹੜੀ ਲੋੜ ਆਈ ਪੱਜ ਪਾ ਕੇ ਤੇ ਮੈਂ ਆਦੇ ਪੈਰਾਂ ਤੇ ਕੁਵਾੜੀ ਮਾਰਾਂ ਖਾਨ ਸਾਹਿਬ ਤੁਸੀਂ ਸਾਨੂੰ ਕੋਈ ਗਾਣੇ ਗੁਣਾ ਸੁਣਾਓ ਓ ਖੁਸ਼ੀ ਦਾ ਮੌਕਾ ਹੈ ਖਾਨ ਸਾਹਿਬ ਲਾਓ ਟੇਕਾ ਹੱਸਣੋਂ ਦਈ ਸੰਗਤੀ ਮੁੱਲ ਪੈ ਗਿਆ ਜਿੱਥੇ ਹੁਣ ਤੂੰ ਜਾਊਂ ਮੈਂ ਲੋਕਾਂ ਨੂੰ ਦਿਸਦਾ ਕਾਲਾ ਬਤਾਊਂ ਮੈਂ
गाना बदल तो तू मेरी छेड़ बनाता पे गाना बताऊं वाली कोई खुशी वाला गाना गाओ उस्ताद जी ओ जरे गंडे रखाया जो सड़ गए नी कोई गल नहीं गंडे सड़दन ते सड़न दे आपा नु सुखी रास्त मिल गई है अच्छा हां ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।